ਸਾਡੇ ਰੋਡ ਦੀ ਰਿਪੇਅਰ ਹੋਈ ਨਾ, ਅਸੀਂ ਬੁਗਟਾਂ ਦਾ ਹੀ ਬਾਈਕਾਟ ਕਰਾਂਗੇ ਇਹਦਾ। ਅਸੀਂ ਸਾਡੇ ਪਿੰਡ ਪਰ 4-5 ਪਿੰਡ ਹੈ, ਤਾਰਾ ਪਰ, ਮਾਜਰੀ, ਅਰਮੀਆ ਪਰ। ਕੱਪੜੇ ਖੋਲ ਕੇ ਜਾਣਾ ਪੈਂਦਾ ਸਾਨੂੰ ਪਰਾਂ ਨੂੰ ਜੀ, 15-15 ਦਿਨ ਪਾਣੀ ਨਹੀਂ ਸੁੱਕਦਾ ਜੀ, ਇੱਥੇ ਪੌੜੀ ਲੱਗਣੀ ਚਾਹੀਦੀ ਜੀ। ਇਹ ਸਭ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜੀ। ਇਸ ਸਮੇਂ ਅਸੀਂ ਮੌਜੂਦ ਹਾਂ ਜ਼ਿਲ੍ਹਾ ਮੋਹਾਲੀ ਦੇ ਪਿੰਡ ਮੀਆਂਪੁਰ ਝੰਗਰ ਵਿਖੇ। ਇਹ ਪਿੰਡ ਦੀ ਸੜਕ ਜੋ ਸੁਰਖੀਆਂ ਦੇ ਵਿੱਚ ਆਮ ਬਣੀ ਰਹਿੰਦੀ ਹੈ, ਅਤੇ ਕਹਾਵਤ ਵੀ ਬਣੀ ਹੋਈ ਹੈ ਕਿ ਅਗਰ ਕਿਸੇ ਨੂੰ ਸਜ਼ਾ ਦੇਣੀ ਹੋਵੇ ਤਾਂ ਮੀਆਂਪੁਰ ਝੰਗਰ ਤੋਂ ਲੈ ਕੇ ਖਿਦਰਾਬਾਦ ਦੀ ਸੜਕ 'ਤੇ 2 ਗੇੜੇ ਲਗਵਾ ਦਿੱਤੇ ਜਾਣ। ਇਹ ਸੜਕ ਦੇ ਕਿਨਾਰੇ ਤੁਸੀਂ ਦੇਖ ਰਹੇ ਹੋ 5-5 ਫੁੱਟ ਜੋ ਟੁੱਟੇ ਹੋਏ ਨੇ, ਅਗਰ ਕੋਈ ਸਾਈਡ ਦਿੰਦਾ ਹੈ ਤਾਂ ਉਸਦਾ ਐਕਸੀਡੈਂਟ ਹੋ ਜਾਂਦਾ ਹੈ। ਆਓ ਗੱਲਬਾਤ ਕਰਦੇ ਹਾਂ ਪਿੰਡ ਦੇ ਪੰਚਾਇਤ ਮੈਂਬਰਾਂ ਨਾਲ ਅਤੇ ਵਸਨੀਕਾਂ ਨਾਲ। ਕਰਦੇ ਹਾਂ ਪਿੰਡ ਦੇ ਸਰਪੰਚ ਸਾਹਿਬ ਨਾਲ। ਸਰਪੰਚ ਸਾਹਿਬ ਜੀ, ਜੋ ਇਹ ਮੁਸ਼ਕਿਲ ਕਦੋਂ ਤੋਂ ਆ ਰਹੀ ਹੈ, ਕਿੰਨੀ ਦੇਰ ਹੋ ਗਈ ਸੜਕ ਨੂੰ ਟੁੱਟੇ ਹੋਏ? ਇਹ ਸਾੜਨ ਨਵੇਂ ਮਹੀਨੇ ਦੀ 17-18 ਤਰੀਕ ਦੀ ਜੋ ਬਾਰਿਸ਼ ਹੋਈ ਨਾ, ਉਸਦੇ ਕਾਰਨ ਇਹ ਜਿੰਨੀ ਵੀ ਮਤਲਬ ਸਾਡੀ ਸੜਕ ਹੈ, ਇਹ ਪਹਿਲੀ ਗੱਲ ਤਾਂ ਅਸੀਂ 4-5 ਸਾਲ ਤੋਂ ਬੜੇ ਦੁਖੀ ਹੈ। ਪਾਲੀ ਸੜਕ ਸਾਡੀ ਸਾਰੀ ਟੁੱਟੀ ਵੀ ਹੈ, ਜਿਹੜੀ ਕਵੈੜੀ ਵਾਲੀ ਹੈ। ਜਿੱਦਣ ਤੋਂ ਇਹ ਸੜਕ ਬਣੀ ਹੈ ਸਾਨੂੰ ਬੜਾ ਸੁੱਖ ਸੀਗਾ ਇਹ ਸੜਕ ਦਾ। 17-18 ਤਰੀਕ ਨੂੰ ਮੀਂਹ ਪੈਣ ਦੇ ਕਾਰਨ ਇਹ ਵੀ ਸਾਡੀ ਟੁੱਟ ਗਈ। ਸਾਡੇ ਕੋਲ ਕੋਈ ਨਾ ਮਹਿਕਮੇ ਦਾ ਬੰਦਾ, ਨਾ ਕੋਈ ਹੋਰ ਕੋਈ ਆਫਿਸਰ, ਸਾਨੂੰ ਕਿਸੇ ਨੇ ਪੁੱਛਿਆ ਨਹੀਂ, ਆ ਗਿਆ ਕੋਈ ਸਾਡੀ ਸਾਰ ਨਹੀਂ ਲਈ ਹੁਣ ਤੱਕ ਰਹੇਗੀ। ਸਾਡੇ ਬੱਚੇ ਜਾਂਦੇ ਹਾਂ ਉਹਨਾਂ ਨੂੰ, ਸਾਡੀ ਟ੍ਰੈਫਿਕ ਜਿੰਨੀ ਵੀ ਸਾਡੇ ਪਿੰਡਾਂ ਦੀ ਹੈ, ਤਾਰਾਵਰ ਮਜਰੀ ਦੀ, ਉਹ ਸਾਰੀ ਇੱਥੋਂ ਦੀ ਜਾ ਰਹੀ ਹੈ। ਇਸ ਕਰਕੇ ਸਾਨੂੰ ਬੜੀ ਪਰੇਸ਼ਾਨੀ ਹੈ ਵੀ ਰਾਤ ਬਰਾਤ ਕਦੇ ਵੀ ਕੋਈ ਹਾਦਸਾ ਹੋ ਸਕਦਾ, ਜਾਨੀ ਨੁਕਸਾਨ ਹੋ ਸਕਦਾ। ਉਦੋਂ ਫਿਰ ਕੋਈ ਫਾਇਦਾ ਨਹੀਂ, ਫਿਰ ਪ੍ਰਸ਼ਾਸਨ ਵੀ ਡਿੱਠਿਆ ਫਿਰਦਾ ਹੈ, ਯਾਰ ਹੋਰ ਵੀ ਬੰਦੇ ਆਉਂਦੇ ਖਬਰਦਾਰਾਂ ਨੂੰ। ਅਸੀਂ ਕਹਿੰਦੇ ਵੀ ਇਹਨੂੰ ਜਲਦੀ ਤੋਂ ਜਲਦੀ ਜਿਹੜੀ ਇਹਦੀ ਮਤਲਬ ਰਿਪੇਅਰ ਕਰੀ ਜਾਵੇ, ਤਾਂ ਕਿ ਸਾਡਾ ਆਉਣ ਅਗਲੇ ਟਾਈਮ ਦੇ ਵਿੱਚ ਸਾਨੂੰ ਕੋਈ ਇਹੋ ਜਿਹੀ ਪਰੇਸ਼ਾਨੀ ਸਾਹਮਣਾ ਨਾ ਕਰਨਾ ਪਵੇ। ਜਿਹੜਾ ਮਤਲਬ ਤੁਸੀਂ ਪ੍ਰਸ਼ਾਸਨ ਨੂੰ ਕਦ ਲਿਖ ਕੇ ਦਿੱਤਾ ਤਾਂ ਸੜਕ ਬਾਰੇ ਕਦੋਂ ਲਿਖ ਕੇ? ਤਾਂ ਅਸੀਂ ਨਹੀਂ ਦਿਆ ਹੈਗਾ, ਜਦੋਂ ਬਾਰਿਸ਼ ਹੋਈ ਉਦੋਂ ਤਕਰੀਬਨ ਸਾਰੇ ਪਿੰਡਾਂ ਦੇ ਵਿੱਚ ਇਹ ਮੌਕਾ ਦੇਖ ਕੇ ਗਏ ਹਾਂ। ਠੀਕ ਹੈ ਜੀ। ਤਾਂ ਉਸ ਤੋਂ ਵਿੱਚ ਉਦੋਂ ਸਾਡਾ ਵੀ ਪਿੰਡ ਦੇ ਵਿੱਚ ਦਿਖਾਇਆ ਗਿਆ ਇਹ, ਤਾਂ ਉਸ ਤੋਂ ਬਾਅਦ ਸਾਡਾ ਤਾਂ ਕੋਈ ਇਹਨਾਂ ਦਾ ਮਤਲਬ ਕੰਮ ਕਾਰ ਕੋਈ ਨਹੀਂ ਹੋਇਆ ਇੱਥੇ, ਨਾ ਕੋਈ PW ਮਹਿਕਮੇ ਵਾਲਾ ਆਇਆ ਹੈ, ਨਾ ਕੋਈ ਹੋਰ ਪ੍ਰਸ਼ਾਸਨ ਵਾਲਾ ਆਇਆ ਹੈ। ਅਤੇ ਬੱਚਿਆਂ ਦਾ ਵੀ ਦੱਸਿਆ ਜਾਂਦਾ, ਜੋ ਬੱਚੇ ਸਕੂਲ ਨੂੰ ਜਾਂਦੇ ਬਾਰਿਸ਼, ਜਦੋਂ ਬਾਰਿਸ਼ ਹੁੰਦੀ ਆ ਤਾਂ ਉਸ ਸਮੇਂ ਉਹਨਾਂ ਨੂੰ ਕੱਪੜੇ ਖੋਲ੍ਹ ਕੇ ਵੀ ਜਾਣਾ ਪੈਂਦਾ, ਇੰਨਾ ਮਾੜਾ ਹਾਲ ਹੈ ਕਿ ਇੱਥੋਂ ਲੰਘਣਾ ਮੁਸ਼ਕਿਲ। 4-4 ਫੁੱਟ ਕਈ ਵਾਰ 3-4 ਫੁੱਟ ਪਾਣੀ ਚੱਲਦਾ ਹੁੰਦਾ ਇੱਥੇ, ਜਿੰਨੇ ਵੀ ਸਾਡੀਆਂ ਮਤਲਬ ਲੜਕੀਆਂ ਹੈ ਪਿੰਡ ਦੀਆਂ, ਸਾਡੇ 3-4 ਪਿੰਡਾਂ ਦੀਆਂ, ਉਹ ਸਾਰੀਆਂ ਇੱਥੋਂ ਹੀ ਲੰਘਦੀਆਂ ਹੈ। ਔਰ ਸਾਡਾ ਸਭ ਤੋਂ ਜ਼ਿਆਦਾ ਰਸਤਾ ਇਹੀ ਹੈ, ਸਾਡੇ 3 ਪਿੰਡਾਂ, ਤਾਰਾਪੁਰ, ਮਾਜਰੀ ਔਰ ਸਾਡਾ। ਠੀਕ ਹੈ ਜੀ। ਹਾਂਜੀ, ਮੈਂ ਇਸ ਕਰਕੇ ਸਾਡੀ ਤਾਂ ਬੇਨਤੀ ਹੋਈ ਇਹਨਾਂ ਨੂੰ ਵੀ ਇਹਨੂੰ ਕੋਈ ਨਾ ਕੋਈ ਹੱਲ ਕਰਿਆ ਜਾਵੇ, ਪਾਣੀ ਦਾ ਵੀ ਹੱਲ ਕਰਿਆ ਜਾਵੇ। ਉਰੇ ਤਾਂ ਜੋ ਬਰਸਾਤ ਅੱਜ ਪੈਂਦੀ ਹੈ ਤਾਂ 15 ਦਿਨ ਪਿੱਛੋਂ ਡੈਮ ਦਾ ਪਾਣੀ ਚੱਲੀ ਜਾਂਦਾ, ਅਸੀਂ 15-20 ਦਿਨ ਖੱਜਲ ਖੁਆ ਜਾਂਦੇ ਇੱਥੇ ਤੋਂ ਪਾਣੀ ਤੋਂ। ਇਹ ਪੈਪ ਦਾ ਬੱਗੇ ਦਾ ਕੋਈ ਨਾ ਕੋਈ ਹੀਲਾ ਕਰਿਆ ਜਾਵੇ ਇਹਦਾ ਵੀ, ਨਾਲੇ ਸਾਡੀ ਸੜਕ ਹੈ ਇਹਦੀ ਰਿਪੇਅਰ ਕਰੀ ਜਾਵੇ ਸਾਡੀ। ਪਿੰਡ ਦੇ ਵਸਨੀਕਾਂ ਵੱਲੋਂ ਦੱਸਿਆ ਗਿਆ ਜੀ, ਜਦੋਂ ਇੱਥੇ ਕੋਈ ਗੱਡੀ ਵਾਲਾ ਸਾਈਡ ਦਿੰਦਾ ਹੈ ਦੂਜੀ ਗੱਡੀ ਨੂੰ ਤਾਂ ਐਕਸੀਡੈਂਟ ਹੋਣ ਦਾ ਬਹੁਤ ਖਤਰਾ ਬਣਿਆ ਹੋਇਆ। ਆਓ ਗੱਲਬਾਤ ਕਰਦੇ ਹੋਰ ਵਸਨੀਕਾਂ ਨਾਲ ਜੀ। ਹੋਰ ਕੀ ਦਿੱਕਤਾਂ ਆ ਰਹੀਆਂ ਇਸ ਸੜਕ 'ਤੇ ਤੁਹਾਨੂੰ? ਸਾਨੂੰ ਜੀ ਸੜਕ 'ਤੇ ਜਿਹੜੇ ਉਹ ਨਦੀ ਚੱਲਦੀ ਨਾ, ਹਾਂਜੀ, ਜਦੋਂ ਡੈਮ ਦਾ ਪਾਣੀ ਛੱਡਦੇ 10-10 ਦਿਨ ਉਰੇ ਪਾਣੀ ਚੱਲੀ ਜਾਂਦਾ ਲਗਾਤਾਰ, ਉਹਦੀ ਬਰਫ਼ਬਾਰੀ ਦਿੱਕਤ ਉੱਥੇ ਵੀ ਲੱਗਣੀ ਆ, ਸੈਫਨ ਜਾਂ ਪੌੜੀ, ਬੱਚੇ ਜਿਹੜੇ ਛੋਟੇ ਛੋਟੇ ਉਹ ਪਰੇਸ਼ਾਨ ਹੁੰਦੇ, ਦੁਖੀ ਹੁੰਦੇ। ਇੱਕ ਜਿਹੜੀ ਆ ਸੜਕ ਹੈ ਇਹ ਸਿਰੇ ਤੱਕ ਖਰਾਬ ਹੋ ਗਈ, ਹੁਣ ਬਹੁਤ ਬੁਰੀ ਹਾਲਤ ਹੋਈ ਵੀ। ਅਸੀਂ ਮੈਂ ਆਪਣਾ ਖੁਦ ਲਿਖਾ ਕੇ ਦਿੱਤਾ SDM ਸਾਹਿਬ ਨੂੰ ਵੀ ਸਾਡੇ ਖੇਤਾਂ ਦੇ ਰਸਤੇ ਵੀ ਖਰਾਬ ਹੋਏ ਵੇ, ਖੇਤਾਂ ਦੀਆਂ ਡੌਲਾਂ ਵੀ ਟੁੱਟ ਗਈਆਂ, ਬਈ ਆਹ ਬੁਰੀ ਹਾਲਤ ਹੋਈ ਵੀ, ਉਹਦੇ ਤੱਕ ਕੋਈ ਸਰਕਾਰ ਦਾ ਬੰਦਾ ਨਹੀਂ ਪਹੁੰਚਿਆ ਉਰੇ ਜੀ, ਕੋਈ ਪਟਵਾਰੀ। ਅਸੀਂ ਆਪਣੇ ਇਸ ਸਮੇਂ ਕੁਛ ਬੱਚੀਆਂ ਵੀ ਸਾਡੇ ਨਾਲ ਮੌਜੂਦ ਨੇ। ਬੱਚਿਓ, ਕਿਆ ਦਿੱਕਤ ਆਉਂਦੀ ਹੈ ਤੁਹਾਨੂੰ ਜਦੋਂ ਤੁਸੀਂ ਉਰੇ ਲੰਘਦੇ ਹੋ? ਮਤਲਬ ਵੀ ਉਰੇ ਸੜਕ 'ਤੇ ਗਿਰਨੇ ਦਾ ਵੀ ਡਰ ਰਹਿੰਦਾ ਹੈਗਾ, ਅਤੇ ਨਦੀ ਹੈਗੀ ਉੱਥੋਂ ਡੈਮ ਦਾ ਪਾਣੀ ਛੱਡਿਆ ਜਾਂਦਾ ਜੀ, 15-15 ਦਿਨ ਉੱਥੇ ਪਾਣੀ ਨਹੀਂ ਉਹ ਚੱਲਦਾ ਰਹਿੰਦਾ ਹੈਗਾ, ਹੁਣ ਵੀ ਚੱਲਦਾ ਪਿਆ ਹੈਗਾ ਜੀ। ਉੱਥੇ ਬੜੀ ਜ਼ਿਆਦਾ ਦਿੱਕਤ ਆਉਂਦੀ ਹੈ ਪੜ੍ਹਨੇ 'ਚ, ਮਤਲਬ ਸਾਨੂੰ ਇੱਧਰ ਨੂੰ ਨੇੜੇ ਪੈਂਦਾ ਹੈਗਾ, ਕਈ ਵਾਰ ਸਾਡੀ ਬੱਸਿਸ ਵੀ ਲੰਘ ਜਾਂਦੀਆਂ ਨੇ, ਫਿਰ ਸਾਨੂੰ ਇਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ। ਉਰੇ ਖੱਡੇ ਭਰੇ ਰਹਿੰਦੇ ਨੇ ਜਦੋਂ ਬਾਰਿਸ਼ ਹੁੰਦੀ ਹੈਗੀ,
ਬਰਸਾਤ ਦੇ ਮੌਸਮ 'ਚ ਜ਼ਿਆਦਾ ਸਾਨੂੰ ਤਕਲੀਫ ਹੁੰਦੀ ਹੈਗੀ ਉਰੇ, ਅਤੇ ਜ਼ਿਆਦਾਤਰ ਤਾਂ ਸਾਨੂੰ ਤਕਲੀਫ ਨਦੀ 'ਚ ਹੁੰਦੀ ਹੈਗੀ, ਮਤਲਬ ਉੱਥੇ ਖੱਡੇ ਪਏ ਹੋਏ ਨੇ ਜ਼ਿਆਦਾ ਵੀ। ਇਹ ਰਸਤਾ ਵੀ ਰਾਤ ਨੂੰ ਜੋ ਬਹੁਤ ਸੁਨਸਾਨ ਹੈ, ਤੁਹਾਨੂੰ ਰਾਤ ਨੂੰ ਵੀ ਬਹੁਤ ਦਿੱਕਤ ਆਉਂਦੀ ਹੋਣੀ ਜਦੋਂ ਸ਼ਾਮ ਟਾਈਮ ਤੁਸੀਂ ਇਕੱਲੇ ਆ। ਹੈਦਰਾਬਾਦ ਤੋਂ ਮੀਆਂਪੁਰ ਚੰਗਾ ਤਾਰਾਪੁਰ ਮਾਜਰੀ ਖਾਤਾ 'ਤੇ 4 ਸਾਲ ਪਹਿਲਾਂ ਅਕਾਲੀ ਸਰਕਾਰ ਦੇ ਟਾਈਮ ਬਣੀ ਤੀ, ਉਸ ਟਾਈਮ ਸਾਨੂੰ ਲਾਰਾ ਲਾਇਆ ਗਿਆ ਤਾਂ ਉਦਘਾਟਨ ਕਰ ਪਰਮਿੰਦਰ ਸਿੰਘ ਢੀਂਡਸੇ ਨੇ ਵੀ ਇਹਦੇ 'ਚ ਅਸੀਂ ਸੈਫਨ ਬਣਾਉਂਗੇ ਜਾਂ ਪੁਲ ਲਾਉਂਗੇ, ਨਾ ਤਾਂ 4 ਸਾਲ ਵਿੱਚ ਕਿਸੇ ਨੇ ਸੈਫਨ ਲਾਇਆ ਨਾ ਇਹ 'ਚ ਪੁਲ ਲੱਗਿਆ, ਜਿਹੜੀ ਕਿ ਦਿੱਕਤ ਹੁਣ ਆਮ ਪੜ੍ਹਨੇ ਵਾਲੇ ਜਵਾਕਾਂ ਨੂੰ ਹੋ ਰਹੀ ਹੈ। 15-15 ਦਿਨ ਡੈਮ ਨਹੀਂ ਬੰਦ ਹੁੰਦਾ, ਆ ਹੁਣ ਵੀ ਪਾਣੀ ਖੜ੍ਹਾ ਤੁਹਾਡੇ ਸਾਹਮਣੇ, ਆਹੀ ਹਾਲ ਰਹਿੰਦਾ ਹਰ ਵਕਤ, ਕਿਉਂਕਿ ਸੜਕਾਂ ਬਣਾ ਦਿੱਤੀਆਂ ਜਾਂਦੀਆਂ ਉਸ ਤੋਂ ਬਾਅਦ ਉਹਨਾਂ ਦੀ ਮੁਰੰਮਤ ਨਹੀਂ ਕੀਤੀ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਮੁਰੰਮਤ ਆ ਜੀ, ਮੁੜ ਕੇ ਪੁੱਛਿਓ ਨਹੀਂ ਕਿਸੇ ਨੇ, ਇੱਥੇ ਤਾਂ ਕੋਈ ਪੈਂਚਰ ਲਾਉਣ ਵੀ ਨਹੀਂ ਆਇਆ ਵੀ ਕੋਈ ਟੁੱਟ ਗਈ ਮਾੜੀ ਮੋਟੀ ਦੀ ਰਿਪੇਅਰ ਕਰ ਦਈਏ, ਸਮਾਂ ਹੋਰ ਟੁੱਟਦੀ ਬਿਲਕੁਲ ਹੁਣ ਤਾਂ ਖਤਮ ਹੈ, ਤੁਹਾਨੂੰ ਪਿੱਛਾ ਵੀ ਦਿਖਾਈ ਹੈ ਸਾਰੀ ਕੁਝ, ਰਹਿੰਦੀ ਖੁਦ ਮੀਹਾਂ ਨੇ ਖਤਮ ਕਰਤੀ, ਹੁਣ ਤਾਂ ਬਹੁਤ ਜ਼ਿਆਦਾ ਦਿੱਕਤ ਹੈ ਲੋਕਾਂ ਨੂੰ, ਮੋਟਰਸਾਈਕਲ ਲੈ ਕੇ ਆਉਂਦੇ ਘਰ 'ਤੇ ਮਿੱਟੀ ਧੂੜ ਗਿਆ ਲਿਬੜ ਜਾਂਦੇ ਸਿਰੇ ਤੱਕ, ਆਹ ਬੁਰੀ ਹਾਲਤ ਹੈ, ਇਸ ਕਰਕੇ ਇਹਨੂੰ ਰਿਪੇਅਰ ਕਰੀ ਜਾਵੇ ਜਾਂ ਫਿਰ ਸੈਫਨ ਲਾਇਆ ਜਾਵੇ ਜਾਂ ਇਹਨੂੰ ਪੁਲ ਲਾਇਆ ਜਾਵੇ ਛੋਟਾ ਮੋਟਾ, ਕੋਈ ਨਾ ਕੋਈ ਇੰਤਜ਼ਾਮ ਕਰਿਆ ਜਾਵੇ ਇਹਦਾ, ਤਾਂ ਕਿ ਲੋਕਾਂ ਦੀ ਅੱਗੇ ਦਿੱਕਤ ਦੂਰ ਹੋ ਜਾਵੇ। ਸਕੂਲ ਦੇ ਬੱਚੇ ਵੀ ਸਾਡੇ ਨਾਲ ਹਾਜ਼ਰ ਨੇ, ਬੱਚੋ ਕਿਆ ਦਿੱਕਤ ਤੁਹਾਨੂੰ ਆਉਂਦੀ ਹੈ ਜਦੋਂ ਤੁਸੀਂ ਸਕੂਲ ਤੋਂ ਆਉਂਦੇ, ਜਦੋਂ ਪਾਣੀ ਆਇਆ ਪਾਉਂਦਾ ਉਸ ਸਮੇਂ ਤਾਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ? ਹਾਂਜੀ, ਸਾਨੂੰ ਦਿੱਕਤ ਆਉਂਦੀ ਹੈ ਬਾਈ, ਇੱਥੇ ਕੱਪੜੇ ਖੋਲ੍ਹ ਕੇ ਜਾਣਾ ਪੈਂਦਾ ਸਾਨੂੰ ਭਰਾਂ ਨੂੰ ਜੀ, 15-15 ਦਿਨ ਪਾਣੀ ਨਹੀਂ ਸੁੱਕਦਾ ਜੀ, ਇੱਥੇ ਪੌੜੀ ਲੱਗਣੀ ਚਾਹੀਦੀ ਜੀ। ਚੈਨਲ ਦੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਸੜਕ ਦੀ ਜਲਦੀ ਤੋਂ ਜਲਦੀ ਮੁਰੰਮਤ ਕੀਤੀ ਜਾਵੇ, ਇਸ ਨੂੰ ਦੁਬਾਰਾ ਬਣਾਇਆ ਜਾਵੇ, ਤਾਂ ਜਿਸ ਨਾਲ ਜੋ ਇੱਥੇ ਦੇ ਵਸਨੀਕਾਂ ਨੂੰ ਦਿੱਕਤ ਆ ਰਹੀ ਹੈ ਉਸਦਾ ਹੱਲ ਕੀਤਾ ਜਾਵੇ। ਖਾਲਸਾ ਟੀਵੀ ਦੇਖ ਰਹੇ ਸਭ ਸਰੋਤਿਆਂ ਦਾ ਧੰਨਵਾਦ।